ਅੱਜ ਬਹੁਤ ਸਾਰੇ ਸਿੱਖ ਜਥੇਬੰਦੀਆਂ ਦੇ ਡੈਲੀਗੇਟਸ ਜਿਹੜੇ ਨੇ ਉਹ ਸ੍ਰੀ ਅਕਾਲ ਤਖਤ ਸਾਹਿਬ 'ਤੇ ਆਏ ਹੈ, ਪਰ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਜਿਹੜੇ ਆ ਉਹ ਬਾਹਰ ਦੇ ਡੈਲੀਗੇਟ ਸੀ, ਅਤੇ ਜਿਹਦੇ ਵਿੱਚ ਸਿੱਖ ਮੁੱਦਿਆਂ ਦੇ ਉੱਤੇ ਕਾਫੀ ਸਾਰੀ ਵਿਚਾਰ ਚਰਚਾ ਹੋਈ ਹੈ। ਬਾਹਰ ਕੈਨੇਡਾ ਦੇ ਵਿੱਚ ਜਾਂ UK ਦੇ ਵਿੱਚ, ਅਮੈਰੀਕਾ ਦੇ ਵਿੱਚ ਸਾਡੇ ਬਹੁਤ ਸਾਰੇ ਬੱਚੇ ਬੱਚੀਆਂ ਪੰਜਾਬ ਦੇ ਜਿਹੜੇ ਨੇ ਸਿੱਖ ਪਰਿਵਾਰਾਂ ਦੇ ਵਿੱਚੋਂ ਉਹ ਜਾ ਰਹੇ ਆ, ਅਤੇ ਸਾਡੇ ਕੋਲ ਜਿਹੜੀਆਂ ਰਿਪੋਰਟਾਂ ਮਿਲੀਆਂ ਉਹਨਾਂ ਦੇ ਆਧਾਰ ਦੇ ਉੱਤੇ ਅਸੀਂ ਇੱਕ ਤਾਂ ਜਿਹੜੇ ਬਾਹਰ ਸਾਡੇ ਸਿੱਖ ਬੱਚੇ ਬੱਚੇ ਜਾ ਰਹੇ ਆ ਉਹਨਾਂ ਨੂੰ ਅਪੀਲ ਕਰਨੀ ਹੈ ਕਿ ਆਪਣਾ ਸਿੱਖੀ ਸਰੂਪ ਜਿਹੜਾ ਹੈ ਉਹ ਬੱਚੇ ਬੱਚੀਆਂ ਆਪਣਾ ਕਾਇਮ ਰੱਖਣ, ਅਤੇ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜ਼ੀ ਤੋਂ ਜਿਹੜਾ ਉਹ ਦੂਰ ਰਹਿਣ, ਉਹਨਾਂ ਮੁਲਕਾਂ ਦਾ ਜਿਹੜਾ ਕਾਨੂੰਨ ਹੈ ਉਹਦੀ ਉਹ ਇੱਜ਼ਤ ਕਰਨ, ਅਤੇ ਦੂਸਰਾ ਖਾਸ ਤੌਰ ਦੇ ਉੱਤੇ ਵਿਦੇਸ਼ਾਂ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਿਹੜੀਆਂ ਉਹਨਾਂ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਿਹੜੇ ਵੀ ਪੰਜਾਬ ਤੋਂ ਸਿੱਖ ਬੱਚੇ ਬੱਚੀਆਂ ਜਾ ਰਹੇ ਨੇ ਜਾਂ ਕੋਈ ਵੀ ਜਾ ਰਿਹਾ ਹੈ, ਉਹਨਾਂ ਲਈ ਗੁਰੂ ਘਰ ਜਿਹੜਾ ਹੈ ਹਰ ਪ੍ਰਕਾਰ ਦਾ ਸਹਿਯੋਗ ਦੇਵੇ, ਉਹਨਾਂ ਲਈ ਲੰਗਰਾਂ ਦੇ ਇੰਤਜ਼ਾਮ, ਉਹਨਾਂ ਲਈ ਰਿਹਾਇਸ਼ਾਂ ਦੇ ਇੰਤਜ਼ਾਮ, ਜੇ ਨਹੀਂ ਹਨ ਤਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਿਹੜੀਆਂ ਪਹਿਲ ਦੇ ਆਧਾਰ ਦੇ ਉੱਤੇ ਇਸ ਵੱਲ ਜਿਹੜਾ ਖਾਸ ਤਵੱਜੋ ਦੇਣ, ਅਤੇ ਕੋਸ਼ਿਸ਼ ਕਰਨ ਕਿ ਉਹਨਾਂ ਨੌਜਵਾਨਾਂ ਨੂੰ ਜਿਹੜਾ ਹੈ ਉਹ ਗਾਈਡੈਂਸ ਵੀ ਜਿਹੜੀ ਆ ਉਹ ਮੁਹੱਈਆ ਕਰਵਾਈ ਜਾਏ, ਤਾਂ ਕਿ ਸਾਡੇ ਸਿੱਖ ਬੱਚੇ ਬੱਚੀਆਂ ਜਿਹੜੇ ਉੱਧਰ ਜਾ ਰਹੇ ਆ ਉਹ ਕਿਸੇ ਕਿਸਮ ਦੇ ਗਲਤ ਰਾਹਾਂ ਦੇ ਉੱਤੇ ਜਿਹੜਾ ਉਹ ਨਾ ਤੁਰਨ। ਇਹ ਸਿੱਖ ਬੱਚੇ ਬੱਚੀਆਂ ਨੂੰ ਵੀ ਅਪੀਲ ਹੈ ਕਿ ਉਹ ਸ਼ਾਂਤੀ ਭੰਗ ਨਾ ਕਰਨ, ਕਾਨੂੰਨ ਦੀ ਪਾਲਣਾ ਕਰਨ, ਬਿਲਕੁਲ ਪ੍ਰੇਮ ਸਤਿਕਾਰ ਦੇ ਨਾਲ ਰਹਿਣ ਔਰ ਆਪਣੇ ਸਿੱਖੀ ਸਰੂਪ ਨੂੰ ਕਾਇਮ ਰੱਖਣ, ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਵੀ ਜਿਹੜਾ ਹੈ ਉਹ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਉਹਨਾਂ ਸਿੱਖ ਬੱਚੇ ਬੱਚਿਆਂ ਦੀ ਹਰ ਪ੍ਰਕਾਰ ਦੀ ਮਦਦ ਜਿਹੜੀ ਹੈ ਉਹ ਜ਼ਰੂਰ ਕਰਨ। ਦੂਸਰਾ, ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਵਾਲੀਆਂ ਜਿਹੜੀਆਂ ਹੈ ਕਾਫੀ ਸਾਰੀਆਂ ਅੱਜ ਜਥੇਬੰਦੀਆਂ, ਜਿਨ੍ਹਾਂ ਦੇ ਵਿੱਚੋਂ ਕੁਛ ਕੈਨੇਡਾ ਦੇ ਵਿੱਚੋਂ ਜਿਹੜੀਆਂ ਜਥੇਬੰਦੀਆਂ ਅੱਜ ਆਈਆਂ, ਅਤੇ ਉਹਨਾਂ ਨੇ ਵੀ ਕਾਫੀ ਸਾਰੀਆਂ ਚਿੰਤਾਜਨਕ ਗੱਲਾਂ ਜਿਹੜੀਆਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਆ ਕੇ ਸਾਂਝੀਆਂ ਕੀਤੀਆਂ ਕਿ ਪੰਜਾਬ ਦੇ ਵਿੱਚ ਹੀ ਪੰਜਾਬੀ ਭਾਸ਼ਾ ਦਾ ਬਹੁਤ ਵੱਡੇ ਪੱਧਰ ਦੇ ਉੱਤੇ ਦਮਨ ਹੋ ਰਿਹਾ, ਔਰ ਜੋ ਪਾਲਸੀਆਂ ਬਣੀਆਂ ਨੇ ਗੌਰਮੈਂਟ ਦੀਆਂ ਉਹਨਾਂ ਨੂੰ ਲਾਗੂ ਜਿਹੜਾ ਬਿਲਕੁਲ ਵੀ ਨਹੀਂ ਕਰਵਾਇਆ ਜਾ ਰਿਹਾ। ਅਤੇ ਜਿਹੜੀ ਭਾਸ਼ਾ ਜਿਹੜੀ ਹੈ ਬੜੀ ਸੋਹਣੀ ਗੱਲ ਜਿਹੜੀ ਉੱਭਰ ਕੇ ਸਾਹਮਣੇ ਆਈ ਹੈ ਕਿ ਜਿਹੜੀ ਭਾਸ਼ਾ ਜਿਹੜੀ ਹੈ ਉਹ ਸਰਕਾਰ ਦੀ ਭਾਸ਼ਾ ਨਹੀਂ ਬਣਦੀ, ਰੋਜ਼ਗਾਰ ਦੀ ਭਾਸ਼ਾ ਨਹੀਂ ਬਣਦੀ ਜਾਂ ਪਰਿਵਾਰ ਦੀ ਭਾਸ਼ਾ ਨਹੀਂ ਬਣਦੀ, ਉਹ ਭਾਸ਼ਾ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ। ਅੱਜ ਵੱਡੀ ਜ਼ਰੂਰਤ ਹੈ ਕਿ ਸਰਕਾਰ ਦੀ ਭਾਸ਼ਾ ਪੰਜਾਬੀ ਨੂੰ ਬਣਾਈਏ, ਰੋਜ਼ਗਾਰ ਦੀ ਭਾਸ਼ਾ ਪੰਜਾਬੀ ਨੂੰ ਬਣਾਈਏ, ਅਤੇ ਪਰਿਵਾਰਾਂ ਦੀ ਭਾਸ਼ਾ ਵੀ ਜਿਹੜਾ ਉਹ ਪੰਜਾਬੀ ਨੂੰ ਬਣਾਉਣ ਦਾ ਯਤਨ ਕਰੀਏ। ਇਹ ਅੱਜ ਅਸੀਂ ਕਾਫੀ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਵਿਚਾਰੀਆਂ ਨੇ।